ਕਿ 100% ਹੁੰਦੀ ਹੈ ਗੱਲ ਇਹ ਹੁੰਦੀ ਹੈ 1 ਲੱਖ ਪਰਸੈਂਟ ਇਹ ਸਿਆਸੀ ਬਦਲਾਖੋਰੀ ਹੈ ਪੋਲਿਟিক্যাল ਵਿਂਡੈਟਾ ਹੈ ਜਿਸ ਤਰੀਕੇ ਨਾਲ ਜਿਸ ਢੰਗ ਨਾਲ ਅਰੈਸਟ ਪਾਈ ਉਹ ਬਿਲਕੁਲ ਗੈਰ ਕਾਨੂੰਨੀ ਹੈ ਜੋ ਲਿਖਿਆ ਗਿਆ ਆਪਣਾ ਜੋੜਾ ਲਾਅ ਬਣਾਇਆ ਗਿਆ ਉਹਦੇ ਉਹਦੇ ਖਿਲਾਫ ਜਾ ਕੇ ਜੋ ਅਰੈਸਟ ਪਾਈ ਗਈ ਹੈ ਜਿਹੜਾ منی ਲਾਂਡਰਿੰਗ ਦਾ ਕੇਸ ਹੈ ਇਹ ਕਿਉਂਕਿ ਸੈਂਟਰ ਦੇ ਅਧੀਨ ਦਾ ਮਹਿਕਮਾ ਇਹ ਤੁਸੀਂ ਕਿਵੇਂ ਕਿਵੇਂ ਕਹਿ ਸਕਦੇ ਹੋ ਕਿ ਸਿਆਸੀ ਕਾਰਨਾਂ ਕਰਕੇ ਤੁਹਾਡੇ ਫਦਰ ਨੂੰ ਖੜਾ ਹੈ ਪਰਚਾ ਨਹੀਂ ਦਰਜ ਕਰਦੀ ਜਿੱਦਾਂ ਮੈਂ ਤੁਹਾਨੂੰ ਦੱਸੀ ਈਡੀ ਕੋਲ ਐਫ ਆਰ ਦਰਜ ਕਰਨੀ ਪਾਵਰ ਨਹੀਂ ਹੈ ਐਫ ਆਰ ਵਿੱਚ ਸਾਡਾ ਕਿਸੇ ਦਾ ਨਾਮ ਵੀ ਨਹੀਂ ਹੈ ਰਿਮਾਂਡ ਐਪਲੀਕੇਸ਼ਨ ਮੂਵ ਕਰ ਦਿੱਤੀ ਹੈ ਰਿਮਾਂਡ ਐਪਲੀਕੇਸ਼ਨ ਦਾ ਜੋ ਪ੍ਰੋਸੀਜਰ ਹੈ ਜੋ ਕੋਟਾ ਕਚੇਰੀਆਂ ਦਾ ਕੰਮ ਹੈ ਸਰ ਉਹ ਸਾਰਿਆਂ ਵਾਸਤੇ ਬਰਾਬਰ ਹੈ ਪਹਿਲੇ ਨੋਟਿਸ ਹੁੰਦਾ ਹੈ ਨੋਟਿਸ ਹੁਣ ਲੱਗਿਆ ਹੈ ਸਾਡਾ 29 ਤਰੀਕ ਵਾਸਤੇ 29 11 2021 ਤੇ ਉਸ ਦਿਨ ਮੈਨੂੰ ਆਸ ਹੈ ਕਿ ਬਹਿਸ ਹੋਊਗੀ ਔਰ ਸਾਨੂੰ ਬੰਦਾ ਸਾਡਾ ਜੋ ਜੋ ਰਿਲੀਫ ਹੈ ਕੋਰਟ ਪਰਵਾਹ ਜਨਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਗੱਲ ਕਰਾਂਗੇ ਸੁਖਪਾਲ ਸਿੰਘ ਖੈਰਾ ਕਿਸ ਦੀ ਸੁਖਪਾਲ ਸਿੰਘ ਖੈਰਾ ਨੂੰ ਕਿਉਂਕਿ ਈਡੀ ਨੇ ਕਈ ਦਿਨ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਸੀ ਤੇ ਹੁਣ ਉਹ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਬੇਟੇ ਮਹਿਤਾਬ ਖੈਰਾ ਦਾ ਕਹਿਣਾ ਹੈ ਕਿ ਈਡੀ ਨੇ ਉਹਨਾਂ ਨੂੰ ਝੂਠਾ ਫਸਾਇਆ ਉਹਨਾਂ ਨੂੰ ਫਸਾਉਣ ਪਿੱਛੇ ਸਿਆਸੀ ਤਾਕਤਾਂ ਦਾ ਹੱਥ ਵੀ ਹੈ ਸਵਾਗਤ ਆਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਤੁਸੀਂ ਕਹ ਰਹੇ ਹੋ ਤੁਹਾਡੇ ਫਜ਼ਰ ਨੂੰ ਝੂਠਾ ਫਸਾਇਆ ਕੀ ਤੁਹਾਡੇ ਕੋਲ ਦਲੀਲਾਂ ਨੇ ਕਿ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਗਲਤ ਪਸਾਇਆ ਦੇਖੋ ਸਰ ਇਹ ਤਾਂ ਇੱਕ 100% ਹੁੰਦੀ ਹੈ ਗੱਲ ਇੱਕ ਹੁੰਦੀ ਹੈ 10000% ਇਹ ਸਿਆਸੀ ਬਦਲਾਖੋਰੀ ਹੈ ਪੋਲਿਟੀਕਲ ਵੈਂਡੇਟਾ ਹੈ ਤੁਸੀਂ ਦੇਖੋ ਉਹਨਾਂ ਨੇ ਜਿਸ ਤਰੀਕੇ ਨਾਲ ਜਿਸ ਢੰਗ ਨਾਲ ਅਰੈਸਟ ਪਾਈ ਉਹ ਬਿਲਕੁਲ ਗੈਰਕਾਨੂੰਨੀ ਹੈ ਜੋ ਲਿਖਿਆ ਗਿਆ ਆਪਣਾ ਜੋ ਲਾਅ ਬਣਿਆ ਗਿਆ ਉਹਦੇ ਉਹਦੇ ਖਿਲਾਫ ਜਾ ਕੇ ਜੋ ਅਰੈਸਟ ਪਾਈ ਗਈ ਹੈ ਕੁਝ ਮੈਨੂੰ ਤੁਹਾਨੂੰ ਦੇਖੋ ਸਾਰੀ ਕੇਸ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ 2015 ਚ ਐਨਡੀਪੀਐਸ ਕੇਸ ਇੱਕ ਦਰਜ ਹੁੰਦਾ ਹੈ ਫਾਜ਼ਿਲਕਾ ਜ਼ਿਲ੍ਹੇ ਵਿੱਚ ਪੁਲਿਸ ਥਾਣਾ ਸਦਰ ਜਲਾਲਾਬਾਦ ਉਹਦੇ ਵਿੱਚ ਸਾਡਾ ਨਾਮ ਨਹੀਂ ਆਉਂਦਾ ਸਭ ਤੋਂ ਪਹਿਲੀ ਗੱਲ ਇਹ ਸਾਰਿਆਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ 2015 ਦਾ ਜੋੜਾ ਐਨਡੀਪੀਐਸ ਕੇਸ ਹੈ ਇਹਦੇ ਵਿੱਚ ਸਾਡੇ ਹਲਕੇ ਦੇ ਇੱਕ ਕਾਂਗਰਸ ਵਰਕਰ ਦਾ ਨਾਮ ਆਂਦਾ ਮੌਕੇ ਤੋਂ ਉਹ ਅਰੈਸਟ ਹੁੰਦੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਐਫਆਈਆਰ ਦੇ ਵਿੱਚ ਸਾਡਾ ਨਾਮ ਨਹੀਂ ਆਂਦਾ ਉਹਦੇ ਵਿੱਚ ਆਏ ਸ਼ਾਇਦ 5 ਜਾਂ 6 ਚਲਾਨ ਆਂਦੇ ਨੇ ਉਸ ਐਫਆਈਆਰ 'ਚ ਪੁਲਿਸ ਦੀ ਤਫ਼ਤੀਸ਼ ਹੁੰਦੀ ਹੈ 2 ਸਾਲੇ ਕੇਸ ਚੱਲਦਾ ਸਾਡਾ ਕਿਤੇ ਨਾਮ ਨਹੀਂ ਆਉਂਦਾ ਇਸ ਇਸ ਤੋਂ ਬਾਅਦ ਚਾਰਜ ਫਰੇਮ ਹੁੰਦਾ ਸਾਡਾ ਨਾਮ ਨਹੀਂ ਆਉਂਦਾ ਇਸ ਤੋਂ ਬਾਅਦ ਗਵਾਹੀਆਂ ਸ਼ੁਰੂ ਹੁੰਦੀਆਂ ਸਾਡਾ ਨਾਮ ਨਹੀਂ ਆਉਂਦਾ ਕਰਾਸ ਸ਼ੁਰੂ ਹੁੰਦਾ ਸਾਡਾ ਨਾਮ ਨਹੀਂ ਆਉਂਦਾ ਇੱਥੇ ਤੱਕ ਕਿ 2017 ਚ ਜਿਆਦਾ ਭਾਜੀ ਇਹ ਹੁਣ ਕਿਉਂਕਿ 2 ਸਾਲੇ ਸਾਰੀ ਕਾਰਵਾਈ ਜੋ ਮੈਂ ਤੁਹਾਨੂੰ ਦੱਸ ਰਿਹਾ 2017 ਤੱਕ ਸਾਡਾ ਫਿਰ ਨਾਮ ਨਹੀਂ ਆਉਂਦਾ 2017 ਤੁਹਾਨੂੰ ਯਾਦ ਹੋਵੇਗਾ ਕਿ ਮੇਰੇ ਫਾਦਰ ਨੂੰ ਲੀਡਰ ਆਫ اپੋਜੀਸ਼ਨ ਬਣਨ ਦਾ ਮੌਕਾ ਮਿਲਿਆ ਜਦੋਂ ਲੀਡਰ ਆਫ اپੋਜੀਸ਼ਨ ਬਣੇ ਤਾਂ ਤੁਹਾਨੂੰ ਇਹ ਵੀ ਯਾਦ ਹੋਊਗਾ ਕਿ ਇੱਕ ਸੈਂਡ ਮਾਈਨਿੰਗ ਸਕੈਮ ਬਹੁਤ ਵੱਡਾ ਪੰਜਾਬ ਵਿੱਚ ਉਭਰਿਆ ਜਿਨ੍ਹਾਂ ਦੇ ਇੱਕ ਮੰਤਰੀ ਨੇ ਖੁਦ ਹੀ ਲੈ ਲਈਆਂ ਸੀਗੀਆਂ ਮੈਨਿੰਗ ਕਾਡਾਂ ਬਿਲਕੁਲ ਜਿ ਕਿਸੇ ਹੋਰ ਬੇਨਾਮੀ ਨੂੰ ਆਪਾਂ ਕਹਿ ਸਕਦੇ ਹਾਂ ਪ੍ਰਾਪਰਟੀ ਜਾਂ ਬੇਨਾਮੀ ਬਿਡਿੰਗ ਕੀਤੀ ਗਈ ਸੋ ਉਸ ਮੰਤਰੀ ਦੀ ਜਦ ਅਸੀਂ ਰੈਜ਼ੀਗਨੇਸ਼ਨ ਕਰਵਾਈ ਉਸ ਤੋਂ ਕੁਝ ਮਹੀਨਿਆਂ ਬਾਅਦ ਉਸ ਲੋਅਰ ਕੋਰਟ ਵਿੱਚ ਇੱਕ ਅਰਜ਼ੀ ਲੱਗਦੀ ਹੈ ਸਟੇਟ ਵੱਲੋਂ ਕਿ ਜੀ ਅਸੀਂ ਦੋ ਗਵਾਹ ਜਿਹੜੇ ਆਲਰੇਡੀ ਗਵਾਹੀ ਦੇ ਚੁੱਕੇ ਨੇ ਉਹਨਾਂ ਨੂੰ ਵਾਪਸ ਬੁਲਾਉਣਾ ਇਹ ਸਾਡਾ ਕੰਮ ਸਾਰਾ ਸਾਰਾ ਸਾਡੇ ਪਿੱਠ ਦੇ ਪਿੱਛੇ ਹੁੰਦਾ ਸਾਨੂੰ ਇਹਦਾ ਸਾਨੂੰ ਇਹਦੀ ਇਤਲਾਹ ਨਹੀਂ ਸੀ ਤੋ ਉਹ ਪਿੱਛੋਂ ਦੋ ਜਿਹੜੇ ਗਵਾਹ ਨੇ ਜੋ ਗਵਾਹੀਆਂ ਦੇ ਚੁੱਕੇ ਜਿਨ੍ਹਾਂ ਦੇ ਕਰਾਸ ਵੀ ਹੋ ਚੁੱਕਿਆ ਜਿਨ੍ਹਾਂ ਨੇ ਪਹਿਲੇ ਸਾਡਾ ਨਾਮ ਨਹੀਂ ਲਿਆ 2017 ਚ ਫਿਰ ਤੋਂ ਜੱਜ ਦੇ ਅੱਗੇ ਕੋਰਟ ਦੇ ਅੱਗੇ ਪੇਸ਼ ਹੁੰਦੇ ਨੇ ਤੇ ਕਹਿੰਦੇ ਨੇ ਕਿ ਜੀ ਅਸੀਂ ਗੁਰਦੇਵ ਸਿੰਘ ਨੇ ਸਾਨੂੰ 2015 ਵਿੱਚ ਕਿਹਾ ਸੀਗਾ ਜਦੋਂ ਅਸੀਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇੰਟਰੋਗੇਸ਼ਨ ਕਰਦੇ ਸੀ ਤੇ ਸੁਖਪਾਲ ਸਿੰਘ ਖੈਰਾ ਦਾ ਨਾਮ ਲਿਆ ਗਿਆ ਦੋ ਸਾਲਾਂ ਵਾਸਤੇ ਐਡਾ ਵੱਡੀ ਇਨਫੋਰਮੇਸ਼ਨ ਕਿਉਂ ਲੁਕਾਈ ਗਈ ਜੇ ਜੇ ਪ੍ਰੋਪਰ ਇਨਵੈਸਟੀਗੇਸ਼ਨ ਹੋ ਰਹੀ ਸੀ ਤੇ ਜੇ ਨਹੀਂ ਤਾਂ ਅੱਜ ਇਹ ਨਾਮ ਕਿਉਂ ਲੈ ਰਹੇ ਨੇ ਚਲ ਉਹ ਤਾਂ ਆਪਾਂ ਮੰਨ ਸਕਦੇ ਹਾਂ ਕਿ ਕਿਸੇ ਮੰਤਰੀ ਦਾ ਹੱਥ ਸੀਗਾ ਉਸ ਵੇਲੇ ਐਨਡੀਪੀਐਸ ਐਕਟ ਦੇ ਵਿੱਚ ਜਿਹੜਾ ਮੰਨੀ ਲਾਂਡਰਿੰਗ ਦਾ ਕੇਸ ਹੈ ਇਹ ਕਿਉਂਕਿ ਸੈਂਟਰ ਦੇ ਅਧੀਨ ਆ ਮਹਿਕਮਾ ਇਹ ਤੁਸੀਂ ਕਿਵੇਂ ਕਿਵੇਂ ਕਹਿ ਸਕਦੇ ਹੋ ਕਿ ਸਿਆਸੀ ਕਾਰਨਾਂ ਕਰਨ ਤੁਹਾਡੇ ਫਦਰ ਨੂੰ ਫੜਿਆ ਬਿਲਕੁਲ ਬਿਲਕੁਲ ਸਰ ਇਹ ਦੇਖੋ ਈਡੀ ਆਪਣੇ ਆਪ ਵਿੱਚ ਪਰਚਾ ਨਹੀਂ ਦਰਜ ਕਰ ਸਕਦੀ ਈਡੀ ਕੋਲ ਪਾਵਰ ਨਹੀਂ ਹੈ ਈਡੀ ਨੇ ਇੱਕ ਪੁਰਾਣਾ ਕੇਸ ਚੱਕਣਾ ਹੁੰਦਾ ਜਿੱਦਾਂ ਐਨਡੀਪੀਐਸ ਦਾ ਸਾਡਾ ਜਿਹਦੇ ਚ ਨਾਮ ਆਇਆ ਸੀ ਉਸ ਤੋਂ ਆਪਾਂ ਅੱਗੇ ਚੱਲेंगे ਸਰ ਮੈਂ ਇਹ ਵੀ ਦੱਸਣਾ ਚਾਹੁੰਦਾ ਜਦੋਂ ਜਦੋਂ ਉਹਨਾਂ ਨੂੰ ਦੋ ਗਵਾਮਾਂ ਨੂੰ ਵਾਪਸ ਬੁਲਾਇਆ ਗਿਆ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਸਾਡੀ ਸਮਨਿੰਗ ਕੀਤੀ ਗਈ 319 ਚ ਇੱਕ ਪਾਸੇ ਇਹ ਸੁੰਨਾ ਬਹੁਤ ਜ਼ਰੂਰੀ ਹੈ बिकॉज़ ਸਟੋਰੀ ਤਹੀਂ ਬੰਦੀ ਆ ਸੱਚਾਈ ਤੁਸੀਂ ਜੇ ਜਾਨਣਾ ਚਾਹੁੰਦੇ ਹੋ ਤਾਂ ਸਟੋਰੀ ਦੇ ਨਾਲ-ਨਾਲ ਆਪਾਂ ਨੂੰ ਚੱਲਣਾ ਪਊਗਾ ਸੋ 311 ਦੀ ਅਰਜ਼ੀ ਦੇ ਵਿੱਚ ਦੋ ਗਵਾਹਾਂ ਨੂੰ ਬੁਲਾਇਆ ਜਾਂਦਾ ਸਾਡਾ ਨਾਮ ਆ ਜਾਂਦਾ ਉਸ ਤੋਂ ਬਾਅਦ ਇੱਕ 319 ਦੀ ਐਪਲੀਕੇਸ਼ਨ ਲੱਗਦੀ ਹੈ ਜਿਹਦੇ ਵਿੱਚ ਸਾਨੂੰ ਸਮਨਿੰਗ ਕੀਤੀ ਜਾਂਦੀ ਹੈ ਉਸ ਸਮਨਿੰਗ ਦੇ ਖਿਲਾਫ ਅਸੀਂ ਹਾਈ ਕੋਰਟ ਜਾਂਦੇ ਹਾਈ ਕੋਰਟ ਨੇ ਸਾਨੂੰ ਕੁਝ ਰਾਹਤ ਦਿੰਦੇ ਆ ਕੁਝ ਰਾਹਤ ਸਾਨੂੰ ਨਹੀਂ ਮਿਲਦੀ ਅਸੀਂ ਸੁਪਰੀਮ ਕੋਰਟ ਗਏ ਔਰ ਸਰਕ ਮੈਂ ਤਨਵਾਦੀਓ ਸੁਪਰੀਮ ਕੋਰਟ ਦਾ ਔਰ ਉਹਨਾਂ ਉੱਥੇ ਜੱਜ ਸਾਹਿਬਾਨ ਦਾ ਜਿਨ੍ਹਾਂ ਨੇ ਪਹਿਲੀ ਪੇਸ਼ੀ ਤੇ ਸਾਡੇ ਕੇਸ ਵਿੱਚ ਦਮ ਦੇਖਿਆ 1/12/2017 ਨੂੰ ਉਹ ਕੇਸ ਐਨਡੀਪੀਐਸ ਦਾ ਝੂਠਾ ਸਾਡੇ ਖਿਲਾਫ ਜੋ ਕੇਸ ਸੀ ਉਹਨੂੰ ਉਹਦੇ ਉੱਤੇ ਉੱਥੇ ਹੀ ਰੋਕ ਲਾ ਦਿੱਤੀ ਅੱਜ ਆਪਾਂ 2021 ਚ ਬੈਠੇ ਨਵੰਬਰ ਚ ਅੱਜ ਤੱਕ ਉਹ ਕੇਸ ਉੱਥੇ ਦਾ ਉੱਥੇ ਸਟੇ ਹੈ ਹੁਣ ਈਡੀ ਦੀ ਤੁਸੀਂ ਮੈਨੂੰ ਗੱਲ ਕੀਤੀ ਕਿ ਪੀਐਮਐਲ ਕਿਉਂ ਤੁਹਾਡੇ ਤੇ ਲੱਗਿਆ ਈਡੀ ਆਪਣੇ ਆਪ ਵਿੱਚ ਪਰਚਾ ਨਹੀਂ ਦਰਜ ਕਰਦੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਈਡੀ ਕੋਲ ਐਫਆਈਆਰ ਦਰਜ ਕਰਨੀ ਪਾਵਰ ਨਹੀਂ ਆ ਐਫਆਈਆਰ ਵਿੱਚ ਸਾਡਾ ਕਿਸੇ ਦਾ ਨਾਮ ਵੀ ਨਹੀਂ ਹੈ ਇਹਨਾਂ ਨੇ ਇੱਕ ਸ਼ਡਿਊਲਡ ਡਿਫੈਂਸ ਚੱਕਣਾ ਹੁੰਦਾ ਜੋ ਇੱਕ PMLA's Prevention of Money Laundering Act ਇੱਕ ਐਕਟ ਬਣਾਇਆ ਗਿਆ ਉਹਦੇ ਨਾਲ ਇੱਕ ਲਿਸਟ ਬਣਾਈ ਜਾਂਦੀ ਹੈ ਜਿਹਨੂੰ ਸ਼ੈਡਿਊਲ ਕਹਿੰਦੇ ਹਨ ਸ਼ੈਡਿਊਲਡ ਇੱਕ ਅਫੈਂਸ ਚੱਕਣਾ ਹੁੰਦਾ ਜੋ NDPS ਦਾ ਫਾਜ਼ਲ ਕਾਦਾ ਕੇਸ ਹੈਗਾ ਬੜੇ ਮੈਂ ਤਾਂ ਗੈਰਕਾਨੂੰਨੀ ਕਹਿਣਾ ਕਿ ਉਸ ਕੇਸ ਦੇ ਅੰਦਰ ਤਾਂ ਸਾਨੂੰ ਸਟੇ ਮਿਲਿਆ ਹੋਇਆ ਹੈ ਕੰਟੈਂਪਟ ਆਫ ਕੋਰਟ ਸੁਪਰੀਮ ਕੋਰਟ ਦੇ ਆਰਡਰ ਦੀ ਉਲੰਘਣਾ ਕੀਤੀ ਗਈ ਸਭ ਤੋਂ ਪਹਿਲੀ ਵੱਡੀ ਗੱਲ ਕਿਉਂ ਆਪਾਂ ਨੂੰ ਲੱਗਦਾ ਕਿ ਸਾਨੂੰ ਗਲਤ ਹੈ ਜੋ ਜੇ 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 ਅੰਦਰ ਸਿਆਸੀ ਬਦਲਾਖੋਰੀ ਨਾ ਹੁੰਦੀ ਜਾਂ ਕਿ ਸਿੱਧੀ ਸ਼ਰਾਰਤ ਨਾ ਹੁੰਦੀ ਤਾਂ ਸੁਪਰੀਮ ਕੋਰਟ ਦੇ ਆਰਡਰ ਦੇ ਖਿਲਾਫ ਜਾਣ ਦੀ ਲੋੜ ਕੀ ਪੈਣੀ ਸੀ ਸੋ ਇਸ ਤੇ ਚੱਲਦੇ ਆ ਸਾਡੇ ਅ ਘਰ ਦੇ ਇਹ 2017 ਦੇ ਤੁਹਾਨੂੰ ਮੈਂ ਗੱਲਾਂ ਸੁਣਾਤੀਆਂ ਸਾਰੀਆਂ 2021 9 ਮਾਰਚ 2021 ਮੇ ਸਾਡੇ ਘਰ ਇਸ ਘਰਚ ਤੇ ਮੇਰੇ ਜੱਦੀ ਪਿੰਡ ਰਾਮਗੜ ਰਾਮਗੜ ਵਿੱਚ ਈਡੀ ਦਾ ਛਾਪਾ ਮੱਜਦਾ ਸਾਡੇ ਘਰ ਤੁਹਾਨੂੰ ਸਾਰਿਆਂ ਨੂੰ ਪਤਾ ਸਾਰੇ ਤੁਸੀਂ ਇੱਥੇ ਬੁਲਾਏ ਵੀ ਸੀ ਮੇਰੇ ਫਾਦਰ ਨੇ মিডিਆ ਨੂੰ ਆਪ ਹੀ ਫੋਨ ਕਰਕੇ ਕੇ ਦੱਸਿਆ ਸਾਡੇ ਘਰ ਧੱਕਾ ਹੋ ਰਿਹਾ ਸਾਡੇ ਨਾਲ ਉਸ ਦਿਨ ਸਾਡੇ ਤੋਂ ਕੋਈ ਵੀ ਰਿਕਵਰੀ ਬਰਾਮਦਗੀ ਜਿਹਨੂੰ ਕਹਿੰਦੇ ਇੱਕ ਵੀ ਪਰਸੈਂਟ ਦੀ ਰਿਕਵਰੀ ਨਹੀਂ ਹੋਈ ਜੇ ਇੱਕ ਪੈਸਾ ਵੀ ਆਇਆ ਹੁੰਦਾ ਅੱਜ ਗਲਤ ਕੋਈ ਅੱਜ ਮੀਡੀਆ ਵਿੱਚ ਸਾਰੀ ਗੱਲ ਹੁੰਦੀ ਸੋ ਉਸ ਤੋਂ ਬਾਅਦ ਸਾਨੂੰ ਰੇਟ ਤੋਂ ਬਾਅਦ ਸਾਨੂੰ ਸਮਨ ਕਰਨਾ ਸ਼ੁਰੂ ਕਰ ਦਿੱਤਾ ਦਿੱਲੀ ਮੈਨੂੰ ਬੁਲਾਇਆ ਗਿਆ ਮੇਰੀ ਸਿਸਟਰ ਨੂੰ ਬੁਲਾਇਆ ਗਿਆ ਮੇਰੀ ਵਾਈਫ ਨੂੰ ਮੇਰੀ ਮਦਰ ਨੂੰ ਮੇਰੇ ਫਾਦਰ ਤਾਂ ਜਾਂਦੇ ਰਹੇ 12 ਬਾਰ ਅਸੀਂ ਮੇਰੇ ਫਾਦਰ ਉੱਥੇ ਪੇਸ਼ ਹੋਏ ਸਮਨ ਆਂਦਾ ਸੀ ਅਸੀਂ ਜਦੋਂ ਸਾਨੂੰ ਬੁਲਾਇਆ ਹੁੰਦਾ ਸੀ ਅਸੀਂ ਜਾ ਕੇ ਪੇਸ਼ ਹੁੰਦੇ ਸੀ ਉਹਨਾਂ ਨੇ ਰਿਕਾਰਡ ਕਰਨਾ ਸਟੇਟਮੈਂਟ ਰਿਕਾਰਡ ਕਰਨੀ ਸ਼ੁਰੂ ਕਰ ਦਿੱਤੀ ਉੱਥੇ 10 ਨਵੰਬਰ 2021 ਨੂੰ ਸਬਨ ਆਇਆ ਕਿ 10 ਵਸਤ 10 ਤਰੀਕ ਵਾਸਤੇ ਸਬਨ ਆਇਆ ਕਿ ਤੁਸੀਂ ਆਪਣੀ ਆ ਕੇ ਸਟੇਟਮੈਂਟ ਰਿਕਾਰਡ ਕਰਾਓ 10 ਤਰੀਕ ਨੂੰ ਮੇਰੇ ਫਾਦਰ ਪੇਸ਼ ਹੁੰਦੇ ਨੇ ਚੰਡੀਗੜ੍ਹ ਵਿੱਚ ਆਪਣਾ ਸਟੇਟਮੈਂਟ ਰਿਕਾਰਡ ਕਰਦੇ ਨੇ ਉਹ ਕਹਿੰਦੇ ਕਿ ਚਲੋ ਮੈਂ ਹੁਣ ਰਾਮਗੜ੍ਹ ਤੋਂ ਚੰਡੀਗੜ੍ਹ ਆਇਆ ਹਾਂ 2 ਦਿਨ ਮੈਂ ਤੁਹਾਨੂੰ ਕੱਲ ਦਾ ਦਿਨ ਵੀ ਆ ਕੇ ਆਪਣੀ ਸਟੇਟਮੈਂਟ ਰਿਕਾਰਡ ਕਰੂੰਗਾ 11 ਤਰੀਕ ਨੂੰ ਸਬਨ ਨਹੀਂ ਸੀ ਇਹ ਮੈਂ ਤੁਹਾਨੂੰ ਰਿਕਾਰਡ ਮੈਂ ਤੁਹਾਨੂੰ ਕਢਾ ਕੇ ਵੀ ਦੇ ਸਕਦਾ ਤੁਸੀਂ ਆਪਣੇ ਰਿਸਰਚ ਵੀ ਕਰ ਸਕਦੇ ਹੋ 11 ਤਰੀਕ ਦਾ ਕੋਈ ਸਬਨ ਨਹੀਂ ਸੀ ਆਪਣੇ ਆਪ ਵੋਲੰਟੇਰੀਲੀ ਮੈਂ ਉਹਨਾਂ ਨੂੰ ਛੱਡ ਗਿਆ 18 ਸੈਕਟਰ ਜ਼ੋਨਲ ਆਫਿਸ ਉੱਥੇ ਸਾਨੂੰ 3 ਵਜੇ ਪਤਾ ਚੱਲਿਆ ਕਿ ਜੀ ਅਰੈਸਟ ਪੈ ਗਈ ਹੈ ਸੋ ਜੇ ਇੱਕ ਪਾਸੇ ਤੁਹਾਡਾ ਕਿਸੇ ਸ਼ਡਿਊਲਡ ডিফেন্স ਵਿੱਚ ਨਾਮ ਨਹੀਂ ਹੈ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਇਹ ਨਹੀਂ ਕੋਈ ਕੋਈ ਛੋਟੀ ਮੋਟੀ ਕੋਰਟ ਹੈ ਕਿਸੇ ਲੋਅਰ ਲੈਵਲ ਤੇ ਹੈ ਕਿਸੇ ਚਲੋ ਐਨੀਵੇ ਸੋ ਸੁਪਰੀਮ ਕੋਰਟ ਦੇ ਸਭ ਤੋਂ ਵੱਡਾ ਅੱਜ ਜੋ ਜੱਜ ਜੋ ਨੇ ਉਸ ਚੀਫ ਜਸਟਿਸ ਆਫ ਇੰਡੀਆ ਜਿਸ ਜਿਨ੍ਹਾਂ ਦਾ ਆਰਡਰ ਹੈ ਜਸਟਿਸ ਰਮੰਨਾ ਦਾ ਆਰਡਰ ਹੈ ਜਿੱਥੇ ਕਿ ਫਰਦਰ ਪ੍ਰੋਸੀਡਿੰਗਸ ਸ਼ਲ ਰਿਮੇਨ ਸਟੇਟ ਸੋ ਸਾਰੀਆਂ ਗੱਲਾਂ ਦੀ ਉਲੰਘਣਾ ਜਦ ਕੀਤੀ ਗਈ ਜਿਸ ਕਾਨੂੰਨੀ ਤੌਰ ਤੇ ਸੀਆਰਪੀਸੀ ਦੀ ਝਟਜੀਆਂ ਨਹੀਂ ਆ ਗਈਆਂ ਮੇਰੇ ਜਿਹੜੇ ਵਕੀਲ ਦੋਸਤ ਸ਼ਾਇਦ ਅੱਜ ਦੇਖ ਰਹੇ ਨੇ ਜਿਹਨਾਂ ਨੂੰ ਪ੍ਰੋਸੀਜਰ ਪਤਾ ਮੈਂ ਇਹ ਵੀ ਦੱਸਣਾ ਚਾਹੁੰਗਾ ਕਿ ਸੀਆਰਪੀਸੀ ਨੂੰ ਸਾਈਡ ਤੇ ਟੰਗ ਕੇ ਕਨਸਟੀਟਿਊਸ਼ਨ ਨੂੰ ਸਾਈਡ ਤੇ ਰੱਖ ਕੇ ਅਰੈਸਟ ਪਾਈ ਗਈ ਹੈ ਖੇਰਾ ਸਾਹਿਬ ਜਦੋਂ ਤੁਹਾਡੇ ਫਜ਼ਰ ਸਾਹਿਬ ਨੂੰ ਪੁਲਿਸ ਰਿਮਾਂਡ ਤੋਂ ਬਾਅਦ ਦੁਬਾਰੇ ਪੇਸ਼ ਕੀਤਾ ਗਿਆ ਉਦੋਂ ਈਡੀ ਨੇ ਦੱਸਿਆ ਕਿ ਆਹ ਰਿਕਵਰੀ ਹੋਈ ਹੈ ਜਾਂ ਕੁਝ ਹੋਰ ਰਿਕਵਰ ਕਰਨਾ ਜਾਂ ਕੁਝ ਲੈਣ ਦੇਣ ਦੇ ਵਿੱਚ ਖੇਰਾ ਸਾਹਿਬ ਦਾ ਹੱਥ ਹੈ ਦੇਖੋ ਇਦਾਂ ਨਹੀਂ ਰਿਕਵਰੀ ਤਾਂ ਜੋ ਹੋਣੀ ਸੀ ਉਹ 9 ਮਾਰਚ ਨੂੰ ਹੋਣੀ ਸੀ ਬਿਕੋਜ਼ ਉਸ ਤੋਂ ਬਾਅਦ ਅਸੀਂ 100 ਬਤਨ ਦੱਸਿਆ 11 12 ਵਾਰ ਜਾ ਚੁੱਕੇ ਹਾਂ ਉਹਨਾਂ ਨੇ ਕੋਈ ਮੈਰਿਟ ਪਰਮਾਨੈਂਟ ਕੋਈ ਜਦੋਂ ਰਿਮਾਂਡ ਲੈਂਦੀ ਹੈ ਪੁਲਿਸ ਕੁਛ ਨਾ ਕੁਛ ਜ਼ਰੂਰ ਕਹਿੰਦੀ ਹੈ ਕਿ ਆਹ ਡਾਕੂਮੈਂਟ ਮਿਲੇ ਆਹ ਡਾਇਰੀ ਮਿਲੀ ਜਾਂ ਫਿਰ ਆ ਪੈਸੇ ਦਾ ਹਸਾਕਾ ਮਿਲੇ ਇਦਾਂ ਨਹੀਂ ਸੀਗਾ ਜੀ ਉਹਨਾਂ ਨੇ ਇਹ ਕਿਹਾ ਜ਼ਰੂਰ ਕਿ ਅਸੀਂ 7 ਦਿਨ ਦੀ ਰਿਮਾਂਡ ਲਈ ਸੀ ਜਦੋਂ ਪਹਿਲੇ 11 ਤਰੀਕ ਦੀ ਰਿਮਾਂਡ ਲਈ ਸੀ ਉਹਨਾਂ ਨੇ ਕੋਰਟ ਤੇ ਕੇ ਕਿਹਾ ਸੀਗਾ ਕਿ ਸਾਨੂੰ ਦਿੱਲੀ ਲੈ ਕੇ ਜਾਣਾ ਪਊਗਾ ਖਰਾ ਸਭ ਨੂੰ ਕਿ ਬੈਂਕ ਜਾਂ ਕਿਸ ਨੂੰ ਸਾਡਾ ਪ੍ਰੋਸੀਜਰ ਹੈ ਉਹਨਾਂ ਦੇ ਵਕੀਲ ਨੇ ਕਹ ਅਸਗਾ ਇਟ ਇਜ਼ ਅ ਸਟਾਈਲ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਇਹ ਕਿਹਾ ਅੱਤ ਦਿਨ ਉਹਨਾਂ ਨੂੰ 7 ਦਿਨ ਚ ਨਿਗੜ ਰੱਖਿਆ ਕੋਈ ਬੇਸਿਕ ਜੋ ਕੁਐਸਚਨਿੰਗ ਜੋ ਪਹਿਲੇ ਅਸੀਂ ਕਰ ਰਹੇ ਸੀ ਜਦੋਂ ਮੈਂ ਤੁਹਾਨੂੰ ਦੱਸਿਆ 11 ਵਾਰ ਜਿੱਦਾਂ ਜਾਂਦੇ ਸੀ ਉਦਾਂ ਦੇ ਸਵਾਲ ਪੁੱਟ ਕੀਤੇ ਰਿਕਵਰੀ रिकवरी ਦਾ ਤਾਂ ਸਰ ਗੱਲ ਨਹੀਂ ਨਾ रिकवरी ਤਾਂ ਉਦੋਂ ਹੋਣੀ ਸੀ ਜਦੋਂ ਛਾਪਾ ਮਾਰਿਆ ਗਿਆ ਉਹ ਮੈਂਸ਼ਨ ਨਹੀਂ ਕੀਤਾ ਗਿਆ ਇੱਕ ਬੋਲਡ ਸਟੇਟਮੈਂਟ ਹੁੰਦੀ ਹੈ ਕਿ ਜੀ ਸਾਨੂੰ ਸਾਨੂੰ ਰਿਮਾਂਡ ਹੋਰ ਚਾਹੀਦੀ ਹੈ ਮੈਂ ਉਸ ਕੋਰਟ ਦਾ ਰਿਮਾਂਡਿੰਗ ਆਰਡਰ ਤੁਹਾਨੂੰ ਇੱਕ ਸੈਂਟੈਂਸ ਪੜਾ ਸਕਦਾ ਹਾਂ ਜੋ ਇਹ ਕਹਿੰਦਾ ਜਿੱਥੇ ਕੋਰਟ ਦੀ ਫਾਈਂਡਿੰਗ ਹੈ ਕਿ ਜਦੋਂ ਪਹਿਲੇ ਤਰੀਕ ਨੂੰ ਪਹਿਲੇ 11 ਤਰੀਕ ਨੂੰ ਜਾਂ 12 ਤਰੀਕ ਨੂੰ ਰਿਮਾਂਡ ਮੰਗਿਆ ਗਿਆ ਉਥੇ ਕੋਰਟ ਵਿੱਚ ਇਹ ਕਿਹਾ ਗਿਆ ਕਿ ਸੁਖਪਾਲ ਸਿੰਘ ਖੈਰਾ ਨੂੰ ਦਿੱਲੀ ਲੈ ਕੇ ਜਾਣਾ ਲੇਕਿਨ ਹੁਣ ਕੋਰਟ ਦੇ ਸਾਹਮਣੇ ਦੱਸਿਆ ਗਿਆ ਕਿ ਚੰਡੀਗੜ੍ਹ ਚੰਡੀਗੜ੍ਹ ਰੱਖਿਆ ਸੋ ਦੇ ਉਹ ਤੇ ਸੈਂਟੈਂਸ ਹੈ ਮੈਨੂੰ ਸ਼ਾਇਦ ਆਈ ਕੈਨਟ ਰਿਪੀਟ ਇਟ ਆਲਸੋ ਉਹ ਸੈਂਟੈਂਸ ਇਹ ਕਹਿੰਦਾ ਕਿ that the demand for remand by ed seems to be not genuine ਉਹ ਬੜੀ ਵੱਡੀ ਫਾਈਂਡਿੰਗ ਹੈ ਕਿ ਜੀ ਤੁਸੀਂ ਗਲਤ ਅਧਾਰ ਤੇ ਚਲੋ ਐਨੀਵੇ ਹੁਣ ਰਿਮਾਂਡ ਉਸ ਦਿਨ ਫਿਰ ਤੁਹਾਡੇ ਸਾਹਮਣੇ ਡਿਸਮਿਸ ਕਰ ਦਿੱਤੀ ਤੇ ਹੁਣ ਫਿਰ ਜ਼ਮਾਨਤ ਤੁਸੀਂ ਲਗਾ ਦਿੱਤੀ ਤੇ ਨੋਟਿਸ ਕਦੋਂ ਹੋਇਆ ਬਿਲਕੁਲ ਅਸੀਂ ਕੱਲ ਬੀਤੇ ਹੋਏ ਕੱਲ ਬਿਕੋਜ਼ ਉਹ ਪਹਿਲਾ ਵਰਕਿੰਗ ਡੇ ਸੀ ਥਰਸਡੇ ਤੋਂ ਬਾਅਦ ਅਸੀਂ ਰਿਮਾਂਡ ਐਪਲੀਕੇਸ਼ਨ ਮੂਵ ਕਰ ਦਿੱਤੀ ਹੈ ਰੀਮਾਂਡ ਐਪਲੀਕੇਸ਼ਨ ਦਾ ਜੋ ਪ੍ਰੋਸੀਜਰ ਜੋ ਕੋਟਾ ਕਚੇਰੀਆਂ ਦਾ ਕੰਮ ਹੈ ਸਰ ਉਹ ਸਾਰਿਆਂ ਵਾਸਤੇ ਬਰਾਬਰ ਹੈ ਪਹਿਲੇ ਨੋਟਿਸ ਹੁੰਦਾ ਹੈ ਨੋਟਿਸ ਹੁਣ ਲੱਗਿਆ ਹੈ ਸਾਡਾ 29 ਤਰੀਕ ਵਾਸਤੇ 29 11 2021 ਤੇ ਉਸ ਦਿਨ ਮੈਨੂੰ ਆਸ ਹੈ ਕਿ ਬਹਿਸ ਹੋਊਗੀ ਔਰ ਸਾਨੂੰ ਬੰਦਾ ਸਾਡਾ ਜੋ ਜੋ ਰਿਲੀਫ ਹੈ ਉਹ ਕੋਰਟ ਪਰਵਾਣ ਕਰੂ ਇਹ ਜੇ ਮਾਮਲਿਆਂ ਚ ਅਕਸਰ ਜਮਾਨਤ ਹੋ ਜਾਂਦੀ ਹੈ ਤੁਹਾਡੇ ਪਹਿਲਾਂ ਕੇਸ ਤੁਸੀਂ ਸਟੱਡੀ ਕੀਤੇ ਹੋਣੇ ਮੇਰਾ ਇਹ ਮੰਨਣਾ ਹੈ ਕਿ ਸਰ ਇਹ ਕੇਸ ਤੱਥਾਂ ਦੇ ਆਧਾਰ ਤੇ ਬਹੁਤ ਸਟਰੋਂਗ ਹੈ ਠੀਕ ਹੈ ਤੁਸੀਂ ਸਾਨੂੰ ਕੋਰਟਾਂ ਦੇ ਅੱਗੇ ਬਿਕੋਜ਼ ਸਾਡਾ ਮੌਕਾ ਹੁਣ ਮਿਲੂਗਾ ਸਾਨੂੰ ਇਨਵੈਸਟੀਗੇਸ਼ਨ ਜੋ ਸਟੇਜ ਹੁੰਦੀ ਹੈ ਇਨਵੈਸਟੀਗੇਟਿਵ ਉਹ ਤਾਂ ਚਲੋ ਈਡੀ ਦੇ ਸਾਹਮਣੇ ਆਪਾਂ ਆਪਣਾ ਪੱਖ ਰੱਖਿਆ ਉਹਨਾਂ ਨੇ ਸ਼ਾਇਦ ਨਹੀਂ ਸੁਣਨਾ ਸੀ ਉਹਨਾਂ ਤੇ ਪ੍ਰੈਸ਼ਰ ਸੀ ਦਬਾਅ ਸੀ ਉਹਨਾਂ ਦੇ ਹੱਥੋਂ ਬਾਹਰ ਸੀ ਮੈਂ ਆਂਡਰਸਟੈਂਡ ਹੁਣ ਕੋਰਟ ਕਚਹਿਰੀ ਦੀ ਗੱਲ ਹੈ ਹੁਣ ਅਸੀਂ ਆਪਣੇ ਤੱਤ ਰੱਖਾਂਗੇ ਸਾਡੇ ਕੋਲ ਕੱਲੀ-ਕੱਲੀ ਗੱਲ ਦਾ ਜਵਾਬ ਹੈ ਸਰ ਇਦਾਂ ਨਹੀਂ ਕੋਈ ਮੇਰੇ ਫਾਦਰ ਨੂੰ ਸਾਡੀ ਫੈਮਿਲੀ ਨੂੰ 50 ਸਾਲ ਹੋ ਚੁਕੇ ਪਬਲਿਕ ਸਰਵਿਸ 'ਚ ਤੁਸੀਂ ਆਪ ਪਰਸਨਲੀ ਮੇਰੇ ਫਾਦਰ ਨੂੰ ਸਾਡੇ ਘਰ ਵੀ ਆਣੇ ਰਹੇ ਜੇ ਤੁਸੀਂ ਕ੍ਰਿਮੀਨਲ ਮਾਈਂਡੈਡ ਪਰਸਨ ਕੁਝ 2 ਨੰਬਰ ਤੱਕ ਹਮ 50 ਸਾਲ ਤੁਸੀਂ ਪਬਲਿਕ ਲਾਈਫ ਸਰਵਾਈਵ ਨਹੀਂ ਕਰ ਸਕਦੇ ਇੱਕ ਨਾ ਇੱਕ ਦਿਨ ਤੁਹਾਨੂੰ ਲੋਕ ਜੋ ਹੈ ਤੁਹਾਨੂੰ ਪਛਾਣਦੇ ਨੇ ਔਰ ਤੁਹਾਡਾ ਸਾਥ ਇੱਕ ਜਦੋਂ ਖਰੜਾ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਕੁਝ ਪੋਲੀਟੀਕਲ ਲੋਕਾਂ ਦੇ ਬਿਆਨ ਵੀ ਆਏ ਆਮ ਲੋਕਾਂ ਦੇ ਵੀ ਆਏ ਕਿ ਵੱਡੇ ਮੰਗਰ ਮੱਛਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਜਿਹੜੇ ਆਮ ਬੰਦੇ ਨੇ ਜਿਸ ਤਰ੍ਹਾਂ ਖਰੜਾ ਸਾਹਿਬ ਇੱਕ ਐਮਐਲਏ ਰਹੇ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਸਾਰਿਆਂ ਨੂੰ ਦਿੰਦਾ ਕਿ ਕਰੋੜਾਂ ਰੁਪਏ ਵਿਦੇਸ਼ਾਂ ਚ ਵੀ ਭੇਜਤਾ ਖਾ ਵੀ ਗਏ ਉਹਨਾਂ ਬਲਕਿ ਉਹਨਾਂ ਨੂੰ ਮਤਲਬ ਨਜ਼ਰ ਆਈ ਉਹ ਇਹ ਤਾਂ ਹੁਣ ਈਡੀ ਦੱਸਾਂਗੇ ਉਹਨਾਂ ਨੂੰ ਕਿ ਕਿਉਂ ਨਹੀਂ ਦਿਖਦਾ ਕਿਉਂ ਅੱਖ ਬੰਦ ਕਰ ਲੈਂਦੇ ਨੇ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਉਹਨਾਂ ਦਾ ਉਹਨਾਂ ਦੀ ਡਿਸਕ੍ਰੀਸ਼ਨ ਹੈ ਕਿ ਕਿੰਨੂੰ ਪਿਕ ਅਪ ਕਰਨਾ ਤੁਸੀਂ ਮੈਨੂੰ ਪੁੱਛਿਆ ਸੀਗਾ ਕਿ ਕਿਉਂ ਆਪਾਂ ਲੱਗਦਾ ਕਿ ਬੀਜੇਪੀ ਦੇ ਕਿ ਹੱਥ ਹੈ ਇਹਦੇ ਵਿੱਚ ਉਹ ਗੱਲ ਮੇਰੀ ਅਧੂਰੀ ਰਹਿ ਚੱਲੀ ਸੀ ਪਲੀ ਸਿਆਸੀ ਤਾਕਤਾਂ ਦਾ ਬੱਕਾ ਕਹਸਾਂ ਜਾਂ ਸੈਂਟਰ ਦੇ ਸਤਾਧਾਰੀਆਂ ਦਾ ਸਿੱਧਾ ਕਹ ਲਓ ਬਿਲਕੁਲ ਸਰ ਬਿਲਕੁਲ ਸਿਆਸੀ ਬਦਲਖੋਰੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਅ 26 ਜਨਵਰੀ 2021 ਨੂੰ ਕਿਸਾਨ ਮੋਰਚੇ ਦੀ ਕਾਲ ਆਂਦੀ ਕਿ ਆਪਾਂ ਦਿੱਲੀ ਚਲੀਏ ਉਸ ਮੋਰਚੇ ਵਿੱਚ ਉਸ ਰੈਲੀ ਵਿੱਚ ਪ੍ਰਦਰਸ਼ਨ ਦੇ ਟਾਈਮ ਨੌਜਵਾਨ ਮੇਰੀ ਉਮਰ ਦਾ ਮੁੰਡੇ ਦੇ ਮੂੰਹ ਤੇ ਗੋਲੀ ਮਾਰ ਦਿੱਤੀ ਨਵਰੀਤ 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 ਡਿਬ ਡਬਾ ਉਹ ਪੰਜਾਬੀ ਮੁੰਡਾ ਮੇਰੀ ਉਮਰ ਦਾ ਉਹਦੇ ਮੂੰਹ ਤੇ ਗੋਲੀ ਮਾਰ ਕੇ ਮਰਡਰ ਕੀਤਾ ਗਿਆ ਸਰ ਦਿੱਲੀ ਦੀ ਸੜਕਾਂ ਤੇ 2021 ਵਿੱਚ ਪੰਜਾਬ ਚੋਂ ਇੱਕ ਸਿੱਖ ਇੱਕ ਲੀਡਰ ਪੁਲੱਥ ਤੋਂ ਉੱਠ ਕੇ ਦਿੱਲੀ ਤੱਕ ਗਏ ਮੇਰੇ ਫਾਦਰ ਉੱਥੇ ਉਹਨਾਂ ਨੇ ਡੈਲੀ ਹਾਈ ਕੋਰਟ ਦੇ ਅੰਦਰ ਪਟੀਸ਼ਨ ਕਰਵਾ ਕੇ ਜੁਡੀਸ਼ੀਅਲ ਇਨਕੁਆਇਰੀ ਮਾਰ ਕਰਵਾਈ ਜਦ ਤੁਸੀਂ ਇੱਡੀ ਵੱਡੇ ਸਰਕਾਰ ਨੂੰ ਗਲੋਬਲ ਪੰਜਾਬੀ ਸਟੇਟ ਨੈਸ਼ਨਲ ਲੈਵਲ ਤੇ ਬੇਨਕਾਬ ਕਰਦੇ ਹਾਂ ਕਿ ਦੇਖੋ ਜੀ ਅੱਜ ਵੀ ਉਹ ਵਿਤਕਰਾ ਸਿੱਖਾਂ ਨਾਲ ਹੋ ਰਿਹਾ ਸੋ ਉਹ ਕਿਤਨਾ ਕਿਤੇ ਤੁਸੀਂ ਅੱਖਾਂ ਚਾਹਦੇ ਹੋ ਟਾਈਮਿੰਗ ਦੇਖੋ ਕ੍ਰੋਨੋਲੋਜੀ ਦੀ ਗੱਲ ਬਹੁਤ ਕਰਦੀ ਬੀਜਪੀ ਜਪਾ ਦੇ ਕੇਸਾਂ ਦਾ ਵੀ ਘਰ ਸਾਬ ਨੇ ਡਟ ਕੇ ਵਿਰੋਧ ਕੀਤਾ ਸੀ ਹੋ ਸਕਦਾ ਉਹ ਵੀ ਰੜਕੋਵੇ ਕੋਈ ਨਾ ਵੀ ਯੂਆਪਾ ਵੀ ਇੱਕ ਹੋਰ ਕਾਲਾ ਕਾਨੂੰਨ ਹੈ ਸਰ ਯੂਨਲਫਲ ਐਕਟੀਵਿਟੀਜ਼ ਪ੍ਰੋਵੈਂਸ਼ਨ ਐਕਟ ਜਿੱਦਾਂ ਟਾਡਾ ਪਹਿਲੇ ਹੁੰਦਾ ਸੀ ਆ ਜੋ ਯੂਆਪਾ ਉਹਦਾ ਰੰਗ ਰੂਪ ਸ hệ ਉਹ ਤਾਂ ਮੁਖੜਾ ਬਦਲਦਾ ਹੂਗਾ ਸੋ ਉਹਦੇ ਵਿੱਚ ਮੇਰੇ ਫਾਦਰ ਨੇ ਨੌਜਵਾਨਾਂ ਦੀ ਲੜਾਈ ਲੜੀ ਸਾਡੇ ਆਪਣੇ ਹਲਕੇ ਚ ਗੁਰਿੰਦਰ ਸਿੰਘ ਗੁੱਜਰ ਗੁੱਜਰ ਸੀਗੇ ਉਹਨਾਂ ਨੂੰ ਜੇਲ੍ਹ ਚ ਘੁਡਾਇਆ ਲਖਪ੍ਰੀਤ ਸਿੰਘ ਪਟਿਆਲੇ ਤੋਂ ਸੋ ਐਸੇ ਲੋਕਾਂ ਨੂੰ ਜਿੱਥੇ ਜਿਨ੍ਹਾਂ ਨਾਲ ਤੱਕਾ ਹੋ ਰਿਆ ਸੀ ਮੇਰੇ ਫਾਦਰ ਜਾ ਕੇ ਖੜੇ ਜਦ ਤੁਸੀਂ ਨੈਸ਼ਨਲ ਲੈਵਲ ਤੇ ਕਿਸ ਨੂੰ ਬੀਐਸਐਫ ਦੇ ਇਸ਼ੂ ਤੇ ਜਦ ਉਹਨਾਂ ਦੀ ਜੋ ਰੇਡੀਅਸ ਹੈ ਜੋ ਦਾਇਰਾ ਉਹਨਾਂ ਦਾ 15 ਤੋਂ 50 ਕਰ ਦਿੱਤਾ ਗਿਆ ਮੇਰੇ ਫਾਦਰ ਨੇ ਸਭ ਤੋਂ ਪਹਿਲੇ ਆਵਾਜ਼ ਉੱਠੀ ਕਿ ਇਹ ਤੁਸੀਂ ਪੰਜਾਬੀਆਂ ਦੇ ਸਿੱਖਾਂ ਤੇ ਜਾਂ ਪੰਜਾਬੀਆਂ ਤੇ ਤੱਕਾ ਤਸ਼ੱਦਦ ਕਰਨੀ ਚਾ ਰਹੇ ਹੋ ਸੋ ਇਹ ਕਿਤੇ ਨਾ ਕਿਤੇ ਸਾਰੇ ਗੱਲਾਂ ਰੜਕਦੀਆਂ ਨੇ ਤੁਹਾਨੂੰ ਇਹ ਲੱਗਦਾ ਕਿ ਸਿਆਸੀ ਤੌਰ ਤੇ ਨੀਵਾ ਬਖਾਉਣ ਵਾਸਤੇ ਇਸ ਕੌਲ ਸੰਖੇਰਾਂ ਨੂੰ ਇਹ ਤਾਨੂੰ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਯਸ ਇੱਕ ਅਟੈਂਪਟ ਕੀਤੀ ਗਈ ਹੈ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਟਾਈਮਿੰਗ ਦੇਖੋ ਦੋ ਗੱਲਾਂ 26 ਮਾਰਚ 26 ਜਨਵਰੀ ਨਵਰੀਤ ਐਕਸੀਡੈਂਟ 9 ਮਾਰਚ ਸਾਡੇ ਘਰ ਰੇਡ ਇੱਕ ਮਹੀਨੇ ਬਾਅਦ ਜੇ ਅਰੈਸਟ ਕਰਨਾ ਹੁੰਦਾ ਤੇ 9 ਮਾਰਚ ਨੂੰ ਅਰੈਸਟ ਕਰਨਾ ਸੀ 6 ਮਹੀਨੇ 8 ਮਹੀਨੇ ਤੁਸੀਂ ਕਿਸ 10 ਮਾਰਚ ਨੂੰ 11 ਨੂੰ 12 ਨੂੰ April May June July November ਕਿਉਂ ਨਵੰਬਰ ਕਿਉਂਕਿ ਇਲੈਕਸ਼ਨਸ ਆ ਗਿਆ ਨੇ ਯਹਾਂ ਤੱਕ ਅਸੀਂ ਹੋ ਰਿਹਾ ਕਿ ਅਸੀਂ ਕਦੀ ਪੇਸ਼ ਹੀ ਨਹੀਂ ਹੋਏ ਤਾਂ ਹੁੰਦਾ ਸੋ देयर इज नो ਰੀਜ਼ਨ ਦੇਖੋ ਮੈਂ ਚਲੋ ਇਹ ਸਿਆਸੀ ਗੱਲਾਂ ਨੇ ਮੈਂ ਸਿਆਸਤ ਤੋਂ ਬਹੁਤ ਦੂਰ ਐ ਮੈਂ ਛੋਟਾ ਐ ਜੇ ਮੇਰੀ ਮੇਰਾ ਤਾਂ ਕਰ ਸਕਦਾ ਹਾਂ ਜਿਹੜੇ ਮੌਜੂਦਾ ਸਤਾਧਾਰੀ ਨੇ ਕਾਂਗਰਸ ਦੀ ਸਰਕਾਰ ਐ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਵੀ ਅਪੀਲ ਕਰ ਸਕਦਾ ਹਾਂ ਕਿ ਘਟੂ ਘਟ ਇਹ ਪੈਰਵਾਈ ਵੀ ਕਰਨ ਆਪਣੇ ਲੈਵਲ ਤੇ ਨਹੀਂ ਨਹੀਂ ਬਿਲਕੁਲ ਸਰ ਦੇਖੋ ਚੰਨੀ ਸਾਹਿਬ ਆਨਰੇਬਲ ਸੀਐਮ ਨੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਮੈਂ ਉਹਨਾਂ ਦਾ ਕਹਿ ਵੀ ਸਕਦਾ ਕਿ ਮੈਂ ਉਹਨਾਂ ਨੂੰ ਸਪੋਰਟ ਕਰਦਾ ਹਾਂ ਔਰ ਫੋਲੋ ਕਰਦਾ ਹਾਂ ਉਹ ਮੈਨੂੰ ਮੈਸੇਜਸ ਵੀ ਆਏ ਨੇ ਕਿ ਤੁਸੀਂ ਕੋਈ ਮੈਨੂੰ ਉਹਨਾਂ ਨੇ ਹੈਲਪ ਕਰਨ ਦੀ ਬਿਲਕੁਲ ਮੇਰੇ ਤੱਕ ਮੈਸੇਜਸ ਪਹੁੰਚਵਾਏ ਬਿਲਕੁਲ ਸਰ ਮੈਂ ਉਹਨਾਂ ਦਾ ਦੇਨਦਾਰ ਹਾਂ ਔਰ ਉਸ ਤੋਂ ਦਾਨਦਾਰ ਪੰਜਾਬ ਦੇ ਲੋਕਾਂ ਨੇ ਅੱਜ ਮੇਰੇ ਕੋਲ ਮੇਰਾ ਮੇਰਾ ਫੋਨ ਹੈ ਜੋ ਪਿਛਲੇ 3 4 5 7 ਦਿਨਾਂ ਤੋਂ ਲਗਾਤਾਰ ਮੈਂ ਫੋਨ ਚੱਕ ਵੀ ਨਹੀਂ ਪਾ ਰਿਹਾ ਕਈਆਂ ਦੇ ਕਿਉਂਕਿ ਮੇਰਾ ਉਹ ਸਿਸਟਮ ਨਹੀਂ ਹਜੇ ਸੈੱਟ ਹੋਇਆ ਇਹਨਾਂ ਤੇ ਮੈਂ ਪੰਜਾਬ ਦੇ ਲੋਕਾਂ ਨੇ ਜਿੰਨਾ ਸਾਨੂੰ ਸਪੋਰਟ ਦਿਖਾਈ ਭਲੱਥ ਦੇ ਲੋਕਾਂ ਨੂੰ ਮੈਂ ਪਿਛਲੇ ਦਿਨ ਆਪਨੇ ਪਿੰਡ ਜੀ ਹਾਂ ਉਥੇ ਉਥੇ ਚਲੋ ਇਕੱਠ ਹੁੰਦਾ ਇਕ ਹੁੰਦਾ ਜੋਸ਼ ਇਕ ਹੁੰਦਾ ਸਾਥ ਦੇਣਾ ਮੈਨੂੰ ਸਾਰਿਆਂ ਨੇ ਘਰ ਆ ਕੇ ਮੇਰੇ ਮੇਰੇ ਦਾ ਪਿਆਰ ਦਿੱਤਾ ਮੇਰੇ ਮੋਢੇ ਦਾ ਤਰਕਾ ਦਿੱਤਾ ਕਿ ਅਸੀਂ ਤੇਰੇ ਨਾਲ ਸੋ ਇਹੀ ਹੌਸਲਾ ਵਧਾਈ ਹੁੰਦੀ ਹੈ ਔਰ ਉਹਦੇ ਲਈ ਮੈਂ 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 ਧੰਨਵਾਦੀ ਹਾਂ ਸਰ ਥੈਂਕ ਯੂ ਸੋ ਇਹ ਸਨ ਮਹਿਤਾਬ ਖਹਿਰਾ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਉਹਨਾਂ ਦੇ ਪਿਤਾ ਸੁਖਾਲ ਸਿੰਘ ਖਹਿਰਾ ਨੂੰ ਨਜਾਇਜ਼ ਤੌਰ ਤੇ ਫਸਾਇਆ ਗਿਆ ਤੇ ਸਿਆਸੀ ਪਾਰਟੀ ਦਾ ਵੀ ਕਿਸੇ ਦਾ ਇਸ ਮਾਮਲੇ ਦੇ ਵਿੱਚ ਆਤਾ ਹੈ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦਰਾਂ ਸਭ ਕੁਝ ਉਜਾਗਰ ਹੋ ਜਾਏਗਾ ਕਿਉਂਕਿ ਸੁਪਰੀਮ ਕੋਰਟ ਤੋਂ ਜਿਹੜੇ ਕੇਸ ਤੇ ਰੁਕ ਲੱਗੀ ਹੋਈ ਸੀ ਉਸ ਕੇਸ ਨੂੰ ਆਧਾਰ ਬਣਾ ਕੇ ਕਿਸੇ ਨੂੰ ਗ੍ਰਿਫਤਾਰ ਕਰਨਾ ਗਲਤ ਹੈ ਹਾਲ ਦੀ ਘੜੀ ਇਸ ਪਾਲ ਸਿੰਘ ਖੈਰਾ ਦੀ ਜ਼ਮਾਨਤ ਲਗਾਈ ਗਈ ਹੈ ਤੇ ਆਉਣ ਵਾਲੇ ਦਿਨਾਂ ਦਰਾਂ ਇਹਨਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਜ਼ਮਾਨਤ ਕਰਾ ਕੇ ਖੈਰਾ ਸਾਹਿਬ ਬਾਹਰ ਆ ਜਾਣਗੇ ਤੇ ਪੂਰੀ ਸਚਾਈ ਉਹ ਵੀ ਲੋਕਾਂ ਸਾਹਮਣੇ ਰੱਖਣਗੇ ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਜਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜੇ ਕਹੜੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕੀ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 121% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਾਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 9819937460 ਮੇਰੇ ਬਾਪੂ ਤੇ ਮੇਰੀ ਮਾਂ ਨੇ ਸਾਰੀ ਉਮਰ ਆਪਣੇ ਆਪ ਨੂੰ ਪੁੱਜ ਕੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਪੌੜੀ-ਪੌੜੀ ਚੜ੍ਹਨਾ ਸਿਖਾਇਆ ਮੇਰੀ ਹਰ ਮੁਸ਼ਕਲ ਨੂੰ ਹਰ ਕੀਮਤ ਤੇ ਹੱਲ ਕੀਤਾ ਉਹਨਾਂ ਨੇ ਮੈਂ ਉਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ ਜਿਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲ ਸਕਦਾ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਉਹਨਾਂ ਦੀ ਤੇ ਸਾਰੇ ਪੰਜਾਬੀਆਂ ਦੀ ਮਾਂ ਪਾਟੀ ਰਹੀ ਹੈ ਕਦੇ ਉਹ ਬੁਰੇ ਲੱਗਦੇ ਨੇ ਤੇ ਕਦੇ ਚੰਗੇ ਪਰ ਮਾਂ-ਬਾਪ ਕਦੀ ਬਦਲੇ ਨਹੀਂ ਜਾਂਦੇ